ਲਾਵੀ ਰਾਜਨ ਸਿੰਘ ਮੈਚ ਤਕੜਾ ਹੋਣ ਜਾ ਰਿਹਾ ਕਿਰ ਮੈਦਾਨ ਤੇ ਬਾਬਾ ਜਾਗਰ ਸਿੰਘ ਜੀ ਵੀ ਬੈਠੇ ਆ ਮੰਚ ਦੇ ਬਹੁਤ ਬਹੁਤ ਧੰਨਵਾਦ ਗੁਰਮੁਖ ਸਿੰਘ ਜੀ ਜੁੱਕੇ ਵਾਲੇ ਬਹੁਤ ਬਹੁਤ ਧੰਨਵਾਦ ਆ ਨਾਲ ਹੀ ਬੁੱਧ ਸਿੰਘ ਅਤੇ ਨਾਲ ਹੀ ਸੁੱਖਾ ਬਾਸੀ ਮਨੀਲੇ ਵਾਲੇ ਸਾਡੇ ਵੀਰ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਸੁੱਖੇ ਬਾਸੀ ਦਾ ਤੇ ਗੁਰਮੁਖ ਸਿੰਘ ਜੀ ਚੁੱਕੇ ਵੱਡੇ ਮਾਣ ਪੰਜਾਬੀ ਬੋਲਾਂ ਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਤੇ ਨਾਲ ਹੀ ਮੰਗਲ ਸਿੰਘ ਜੀ ਆਇਰਲੈਂਡ ਵਾਲੇ ਵੀ ਵੱਡੇ ਮਾਣ ਭੇਜਦੇ ਆ ਹੈਲੋ ਨਾਲ ਹੀ ਨੀਲੂ ਯੂਐਸਏ $100 ਦੇ ਵੱਡੇ ਮਾਣ ਮੇਰਾ ਪੰਜਾਬੀ ਬੋਲਾਂ ਨੂੰ ਖੁਸ਼ ਹੋ ਕੇ ਕਰਦਾ ਨੀਲੂ ਸਾਡੇ ਵੀਰ ਦਾ ਧੰਨਵਾਦ $100 ਦੇ ਵੱਡੇ ਮਾਣ ਭੇਜਦਾ ਮੰਗਲ ਧੰਨਵਾਦ ਮੰਗਲ ਆਇਰਲੈਂਡ ਜੀ ਇੱਕ ਮਿੰਟ ਚੱਲ ਕੇ ਆਇਓ ਨਾਲ ਸਾਡਾ ਵੀਰ ਟੈਂਕੋ ਆਹੀ ਜਗ੍ਹਾ ਤੋਂ ਕੋਈ ਗੱਲ ਨਹੀਂ ਲਾਈਟ ਬਹੁਤ ਹੈ ਜੀ ਵੀ ਠੀਕ ਹੈ ਜਦ ਮੈਚ ਨਹੀਂ ਸ਼ੁਰੂ ਹੁੰਦਾ ਮੈਂ ਚਾਹੁੰਦਾ ਇੱਕ ਵਾਰੀ ਆਪਣੀ ਜਵਾਬ ਦੇ ਨਾਲ ਆਏ ਹੋਏ ਦਰਸ਼ਕਾਂ ਦਾ ਤੇ ਖਿਡਾਰੀਆਂ ਦਾ ਧੰਨਵਾਦ ਕਰਦਾ ਮਾਈਕ ਤੇ ਦੋ ਬੋਲ ਬੋਲਦਾ ਵੀ ਅੱਜ ਦੇ ਇਸ ਕਬੱਡੀ ਕੱਪ ਤੇ ਜਿੰਨੀ ਵੀ ਸੰਗਤ ਪੁੱਜੀ ਲੱਖ ਲੱਖ ਮੁਬਾਰਕਾਂ ਕਹਿੰਦੇ ਰਾਜਨ ਕਲਿਆਣ ਇਹ ਤੇਰਾ ਹੀ ਕੰਮ ਹੈ ਸਾਡੇ ਵੱਲੋਂ ਕਹਿੰਦੇ ਵੀ ਮੁਬਾਰਕਾਂ ਆਪਣੇ ਵੱਲੋਂ ਧੰਨਵਾਦ ਕਰਦਾ ਜੀਓ ਨੂੰ ਧੰਨਵਾਦ ਸਾਰੇ ਵੀਰਾਂ ਦਾ ਸ਼ੀਰ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਹਿੜੂ ਵੱਲੋਂ ਜਿਨ੍ਹਾਂ ਨੇ ਖੇਡ ਮੇਲੇ ਦੀ ਮੰਗਲ ਵੀ ਰੌਣਕ ਨੂੰ ਵਧਾਇਆ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਵੀ ਬੇਨਤੀ ਹੈ ਵੀ ਜਿਹੜਾ 28ਵਾਂ ਕਬੱਡੀ ਕੱਪ ਹੋਣਾ ਟੈਂਕੂ ਸਿਆ ਕਹਿੰਦੇ ਜਿਹੜਾ 28ਵਾਂ ਕਬੱਡੀ ਕੱਪ ਹੋਣਾ ਸ਼ਾਇਦ ਇਸੇ ਸਾਲ ਦੇ ਲਾਸਟ ਮਹੀਨੇ ਵਿੱਚ ਵੀ ਕਰਵਾ ਸਕਦੇ ਆਪਾਂ 12ਵੇਂ ਮਹੀਨੇ ਦੇ ਪਹਿਲੇ ਹਫ਼ਤੇ ਤਾੜੀਆਂ ਮਾਰਦਾ ਟਿੰਕੂ ਵੀ ਆਖਦਾ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਥੋੜੀਆਂ ਰਹਿ ਗਈਆਂ ਅਗਲੇ ਸਾਲ ਤੋਂ ਕੋਈ ਕਮੀ ਪੇਸ਼ੀ ਨਹੀਂ ਆਊਗੀ ਲਾਈਟਾਂ ਦਾ ਵੀ ਪਿੱਛੇ ਤੌਰ ਦਾ ਪ੍ਰਬੰਧ ਕਰ ਲੈਣਾ ਤੇ ਵੱਖਰਾ ਜਨਰੇਟਰ ਖੜਾ ਹੋਊਗਾ ਕਹਿੰਦੇ ਵੀ ਲਾਈਟਾਂ ਦੇ ਵਾਸਤੇ ਮਨਦੀਪ ਸਿੰਘ ਜੀ ਮਹਿੜੂ ਵੱਲੋਂ ਸਾਰੇ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਆ ਜਾਂ ਸੰਗਤਾਂ ਦਾ ਨੰਬਰ ਜਿਹੜੇ ਇਸ ਮੈਚ ਦੇ ਹੋਣੇ ਨੇ ਉੱਧਰ ਸਾਡੇ ਐਨ ਆਰ ਆਈ ਵੀਰ ਜਿਹੜੇ ਬੈਠੇ ਬਾਹਰ ਤੱਕਦੇ ਨੇ ਵੀ ਥੋੜੀ ਜਿਹੀ ਲਾਈਟਾਂ ਦੀ ਜਿਹੜੀ ਪ੍ਰੋਬਲਮ ਆਈ ਮਾਂ ਖੇਡ ਕਬੱਡੀ ਦੇ ਮਹਾਨ ਖਿਡਾਰੀਆਂ ਦਾ ਇਹ ਮੈਚ ਆ ਕਬੱਡੀ ਦੇ ਸੂਰਮੇ ਕਬੱਡੀ ਦੇ ਥੰਮ ਖਿਡਾਰੀਆਂ ਦਾ ਇਹ ਫਾਈਨਲ ਮੈਚ ਜਿਹੜਾ 99,000 ਦਾ ਮੈਚ ਤੇ ਉੱਤੋਂ ਸੋਨੇ ਦੀਆਂ ਮੁੰਦੀਆਂ ਜੇ ਜ਼ਿਆਦਾ ਟਾਈਮ ਲੱਗਦਾ ਤਾਂ ਸ਼ੁਰੂ ਕਰਾਈਏ ਮੈਂ ਜੀ ਇਸ ਟੂਬ ਨੂੰ ਥੋੜਾ ਉੱਚਾ ਕਰ ਦੋ ਕਿਉਂਕਿ ਅੱਖਾਂ ਚ ਨਾ ਪਵੇ ਵੀ ਜੀ ਇਹ ਪਲੇਰੋ ਦੇਖ ਲਓ ਵੀ ਠੀਕ ਹੈ ਲੈਟ ਇੰਨੀ ਠੀਕ ਹੈ ਵੀ ਜੀ ਲੈਟ ਥੋੜੀ ਉੱਚੀ ਕਰ ਦੋ ਸ਼ੁਰੂ ਕਰਾਓ ਮੈਂ ਜੀ ਲੈਟ ਥੋੜੀ ਉੱਚੀ ਕਰ ਦੋ ਸਾਊਂਡ ਵਾਲਿਓ ਬਾਬੇ ਉਹ ਲੈਟ ਉੱਚੀ ਕਰਦਾ ਹੁਣ ਠੀਕ ਹੈ ਲਓ ਲੈਟ ਇੱਕ ਇੱਕ ਵੀ ਲੱਟਾਂ ਚੱਕ ਵੀ ਆ ਵੀ ਲੈਟ ਉੱਚੀ ਕਰਕੇ ਲਗਾਓ ਆ ਜਾਓ ਜੀ ਕਿਹੜੀ ਟੀਮ ਪਹਿਲੋਂ ਆਈ ਸੀ ਪਹਿਲੀ ਕਬੱਡੀ ਉਸ ਟੀਮ ਦੀ ਆ ਜਿਹੜੀ ਟੀਮ ਪਹਿਲੋਂ ਆਈ ਆ ਇੱਕ ਮੂਲਿਆ ਖਹਿਰੇ ਵਾਲਿਓ ਨਾਨਕ ਕਿਹੜੀ ਟੀਮ ਆਈ ਪਹਿਲਾਂ ਮੂਲਿਆ ਖਹਿਰ ਆਈ ਆ ਠੀਕ ਆ ਤੀਰਥ ਵੀ ਪੁੱਜ ਗਿਆ ਤੀਰਥ ਪਹਿਲਾਂ ਸੀਚੇ ਵਾਲੀ ਆ ਮਸ਼ਹੂਰ ਹੋਇਆ ਪਰ ਇਹ ਤੀਰਥ ਮਾਲੂਪੁਰੀ ਆ ਪੁੱਜ ਗਿਆ ਖੇਡ ਮੈਦਾਨ ਦੇ ਵਿੱਚ ਤੀਰਥ ਸਿਆ ਮੁਬਾਰਕਾਂ ਵੀ ਤੇਰਾ ਵੀ 10 ਸਾਲ ਦਾ ਵੀਜ਼ਾ ਲੱਗਾ ਅਮਰੀਕਾ ਦਾ ਤੀਰਥ ਮਾਲੂਪੁਰੀ ਆ ਵੀ ਪੁੱਜਾ ਮੁਬਾਰਕਾਂ 10 ਸਾਲ ਦਾ ਵੀਜ਼ਾ ਮਿਲਿਆ ਵੀਰ ਨੂੰ ਖੇਡ ਕਬੱਡੀ ਦੀ ਬਦੌਲਤ ਕਬੱਡੀ ਰਣਜੀਤ ਸਿੰਘ ਜੀ ਟੱਟ ਬ੍ਰਦਰ ਹੰਦਿਆਂ ਤੇ ਆਓ ਕਬੱਡੀ ਪਾਉਣ ਵਾਲਿਓ ਆ ਜਾਓ ਵੀ ਕਬੱਡੀਆਂ ਵਾਲਿਓ ਆਓ ਹੰਦਿਆਂ ਤੇ ਮੈਚ ਸਰਾ ਆਉਣ ਜਾ ਰਿਹਾ ਸੋਨੇ ਦੀਆਂ ਮੁੰਦਰੀਆਂ ਪ੍ਰਧਾਨ ਸਾਹਿਬ ਅਹੁਦਿਆਂ ਵੀ ਦਿੱਤੀਆਂ ਜਾਣੀਆਂ ਸੁਖਵਿੰਦਰ ਵੀਰ ਦਾ ਧੰਨਵਾਦ ਸਤਨਾਮ ਸਿੰਘ ਬੋਬੀ ਮੀਤ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਸੋਕੇ ਉਹਨਾਂ ਦਾ ਧੰਨਵਾਦ ਆ ਬੱਬੂ ਉਹਨਾਂ ਦਾ ਧੰਨਵਾਦ ਆ ਉੱਥੇ ਮੰਗਲ ਵੀਰ ਦਾ ਧੰਨਵਾਦ ਆਇਰਲੈਂਡ ਵਾਲੇ ਦਾ ਗੁਰਮੁਖ ਸਿੰਘ ਜੀ ਚੁੱਕੇ ਸੁੱਖਾ ਪਾਸੀ ਜੀ ਬਹੁਤ ਬਹੁਤ ਧੰਨਵਾਦ ਹੈਲੋ ਚੱਗੀ ਰੇਖੀ ਸਾਡਾ ਵੀਰ 55,000 ਦਾ ਪ੍ਰਾਈਜ਼ ਉਹਦੇ ਵੱਲੋਂ ਸਪਾਂਸਰ ਹਾਂਜੀ ਮਾਸਟਰ ਜੀ ਹੈਲੋ ਹਾਂਜੀ ਸਭ ਤੋਂ ਪਹਿਲਾਂ ਗਰਾਊਂਡ ਦੁਆਲੇ ਜੁੜੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਇਸ ਪਿੰਡ ਨੂੰ ਗਰਾਊਂਡ ਵਾਸਤੇ 4 ਲੱਖ ਰੁਪਏ ਦੀ ਗ੍ਰਾਂਟ ਕੁਹਾੜ ਸਾਹਿਬ ਵੱਲੋਂ ਭੇਜੀ ਗਈ ਆ 15 ਨੰਬਰ ਵਾਲਾ ਵਾਸਤੇ ਇੱਕ ਮਿੰਟ ਸਰ ਜੀ 15 ਨੰਬਰ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਟੀਮ ਫਸਟ ਤੇ ਦੂਜੀ ਸੈਕਿੰਡ ਹਾਂਜੀ ਮਾਈਕ ਉਹ ਟੁੱਟੇ ਹਾਂਜੀ ਮਾਸਟਰ ਜੀ ਦੱਸੋ ਜੀ ਬਾਲਮੀਕ ਧਰਮਸ਼ਾਲਾ ਵਾਸਤੇ 1 ਲੱਖ ਰੁਪਏ ਦੀ ਗ੍ਰਾਂਟ ਡੇਰਿਆਂ ਦੇ ਰਸਤੇ ਪੱਕੇ ਕਰਨ ਵਾਸਤੇ 12 ਲੱਖ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਸਾਡੇ ਪਿੰਡ ਨੂੰ ਦਿੱਤੀ ਗਈ ਅਸੀਂ ਬਹੁਤ ਧੰਨਵਾਦੀ ਹਾਂ ਕਿਉਂਕਿ ਸਾਡੀ ਗਰਾਊਂਡ ਵਾਸਤੇ ਵੀ
स्टेडियम बनाने वास्ते 4 लाख की ग्रांट आई हुई है। वीर जी बार फिर मैच लूना साउंड ऑपरेटर वॉल्यूम चक रहे मेरे भैया इको ना लाई हो मेरी भी बस वॉल्यूम थोड़ी बता दे ठीक है। जिन्ने बदू प्लेयर प्रधान कहना ਬਈ ਅਸੀਂ ਬੈਸਟ ਨਹੀਂ ਕੱਢਣਾ ਜੇ ਇੱਥੇ ਰਸ਼ ਪਾਉਣਾ ਮੈਦਾਨ ਵਿੱਚ ਤਾਂ ਅਸੀਂ ਬੈਸਟ ਨਹੀਂ ਕੱਢਣਾ ਕਹਿੰਦੇ ਇਕੱਲਾ ਹੀ ਮੈਚ ਲਾ ਲਓ ਜਿੰਨੇ ਦਾ ਜਿਹੜਾ ਨਹੀਂ ਕੋਈਆਂ ਪੌੜੀਆਂ ਪਿੱਛੇ ਬਾਹਰ ਦਰ ਦੇ ਬਾਹਰ ਜਾ ਕੇ ਬੈਠ ਜਾ ਕਮੇਟੀ ਮੈਂਬਰ ਵੀ ਬਾਹਰ ਪੈਰ ਤੋਂ ਕਮੈਂਟਰ ਇੱਕ ਕੈਮਰਾਮੈਨ ਉਹਨਾਂ ਤੋਂ ਬਿਨਾਂ ਜੋ ਪੁਆਇੰਟ ਲਿਖਦਾ ਬਾਕੀ ਸਾਰੇ ਬਾਹਰ ਜਾਓ ਵੀ ਜੀ ਬਾਹਰ ਹੋ ਜਾਓ ਬਾਹਰ ਬਾਹਰ ਜਾ ਕੇ ਬੈਠੋ ਨਾਲ ਖਿਡਾਰੀ ਜਾਂ ਸਪੋਰਟਰ ਨੇ ਜਾਂ ਕੋਚ ਨੇ ਜਾਂ ਐਕਸਟਰਾ ਖਿਡਾਰੀ ਜਿਨ੍ਹਾਂ ਨੇ ਨਹੀਂ ਜੱਫਾ ਲਾਉਣਾ ਨਹੀਂ ਕਬੱਡੀ ਪਾਉਣੀ ਉਹ ਵੀ ਥੱਲੇ ਬੈਠਣਗੇ ਨਾਲ ਹੀ ਹੌਲਦਾਰ ਸੁਖਦੇਵ ਸਿੰਘ ਜੀ ਇੰਡੀਆ ਦਾ ਟਾਈਮ ਜਿਹੜਾ 7:15 ਦਾ ਹੋ ਚੁੱਕਾ ਸ਼ਾਮ ਸੰਧੂਰੀ ਹੋ ਚੁੱਕੀ ਪਰ ਅਮਰੀਕਾ ਦੇ ਵਿੱਚ ਕਹਿੰਦੇ ਵੀ 6:45 ਸਵੇਰ ਦੇ ਹੋ ਚੁੱਕੇ ਤੜਕਾ ਐਨ ਸਵੇਰ ਸੰਧੂਰੀ ਨੀਲੂ ਸਾਰੀ ਰਾਤ ਨੀ ਸੁੱਤਾ ਰਾਜ ਨੂੰ ਜਦੋਂ ਦੇ ਮੈਚ ਸਵੇਰ ਦੇ ਚੱਲ ਰਿਹਾ ਕਹਿੰਦਾ ਅੱਜ ਮੈਂ ਸੁੱਤਾ ਨੀ ਨਾ ਹੀ ਮੈਂ ਕਹਿੰਦਾ ਕੰਮ ਤੇ ਜਾਣਾ ਹੁਣ ਸੋਣਾ ਮੈਚ ਫਾਈਨਲ ਦੇ ਕੇ ਕਹਿੰਦਾ ਸੋਣਾ 6:45 ਦਾ ਸਮਾਂ ਜਿਹੜਾ ਇਹ ਅਮਰੀਕਾ ਦਾ ਟਾਈਮ ਹੋ ਚੁੱਕਾ ਮੇਰੇ ਵੀਰੇ ਤੇ ਕੈਨੇਡਾ ਦੇ ਵਿੱਚ ਵੀ ਹੁਣ ਸਵੇਰ ਤੇ ਅੱਜ ਕਿਵੇਂ ਵੀ ਟਾਈਮੇ ਕਬੱਡੀ ਕੱਪ ਦਾ ਅਲਰਟ ਮੁਕਾਬਲਾ ਗਰਾਊਂਡ ਖਾਲੀ ਕਰ ਦੋ ਮੇਰੇ ਵੀਰੋ ਇਹ ਬੇਨਤੀ ਆ ਹੈਲੋ ਸਾਉਣ ਵਾਲੇ ਵੀਰ ਇਧਰਲਾ ਬਾਕਸ ਜਿਹੜਾ ਸ਼ਾਇਦ ਬਣਦਾ ਬਹੁਤ ਮਿੱਠੀ ਤੇ ਪਿਆਰੀ ਲਾਓ ਬਾਕਸ ਚਲਾਓ ਵੀਰ ਜੀ ਬਾਕਸ ਚਲਾਓ ਸਾਉਂਡ ਥੈਂਕ ਸਾਉਂਡ ਸਰਵਿਸ ਲੈ ਵੀ ਬਾਕਸ ਵੀਰੋ ਤਾੜੀਆਂ ਮਾਰਦਾ ਫਾਈਨਲ ਮੈਚ 92,000 ਦਾ ਉਹ ਨਾਲ ਸੋਨੇ ਦੀਆਂ ਮੰਦੀਆਂ ਫਿੱਟ ਖਿਡਾਰੀਆਂ ਨੂੰ ਤੇ ਪਹਿਲੀ ਕਬੱਡੀ ਕਿਹੜੀ ਟੀਮ ਤੇ ਕਿਹੜਾ ਪਹਿਲਾ ਨੰਬਰ ਜਿਹੜਾ 1.5 ਤੇ 15 ਨੰਬਰ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਉਹ ਟੀਮ ਜਿਹੜੀ ਜੇਤੂ ਹੋਵੇਗੀ ਆਓ ਜੀ ਹੁਣ ਲਓ ਸਿਰੇ ਦਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਦਾਣੀ ਸਿਆ ਇਹ ਫਾਈਨਲ ਦੇ ਵਿੱਚ ਹੌਲਦਾਰ ਸਾਹਿਬ ਆਓ ਫਾਈਨਲ ਮੈਚ ਆਪਾਂ ਜਿਹੜਾ ਕਰਵਾਉਣਾ ਸਾਡੀ ਵੀਰ ਜੀ ਜਿਨ੍ਹਾਂ ਨੇ ਨਈ ਕਬੱਡੀਆਂ ਪਾਉਣੀਆਂ ਜਿਹੜੇ ਸਪੇਅਰ ਵੀਰ ਜੀ ਬੈਠ ਜਾਓ ਵੀਰ ਜੀ ਬੈਠ ਜਾਓ ਵੀਰ ਜੀ ਇਹਨਾਂ ਨੇ ਚਲੇ ਜਾਣਾ ਜੀ ਘੇਰੀ ਤੇ ਚੱਲਿਆ ਘੇਰੀ ਤੇ ਚੱਲਿਆ ਜਦੋਂ ਮੈਚ ਸ਼ੁਰੂ ਹੋਇਆ ਠੀਕ ਹੈ ਵੀਰ ਜੀ ਉੱਥੇ ਬਿਠਾ ਦਿੱਤੇ ਮੈਂ ਉੱਥੇ ਬੈਠ ਗਿਆ ਪਲੇਅਰ ਬੈਠ ਗਿਆ ਇਹਨਾਂ ਨੇ ਤਾਂ ਘੇਰੀ ਤੇ ਚੱਲਿਆ ਲਓ ਸਾਹਿਬ ਜੀ ਹੁਣੀ ਘੇਰੀ ਤੇ ਮੰਗੀ ਹੁਣੀ ਜਾਣਾ ਲਓ ਇਧਰਲੀ ਸਾਈਡ ਆ ਲਓ ਕਬੱਡੀ ਖੇਡ ਮੈਦਾਨ ਵਿੱਚ ਪੈਣ ਜਾ ਰਹੀ ਹੈ ਇੱਕ ਕਬੱਡੀ ਕੱਪ ਤੇ ਪਹਿਲੀ ਕਬੱਡੀ ਕੌਣ ਇਹ ਹੈ ਰੇਸ਼ਮ ਇੱਕ ਤੇ ਕਹਿੰਦੇ ਵੀ ਮੁਲਾਇਮ ਜਿਹੜਾ ਰੇਸ਼ਮ ਹੁੰਦਾ ਤੇ ਇੱਕ ਕਬੱਡੀ ਦਾ ਖਿਡਾਰੀ ਚੰਬਾ ਪਿੰਡ ਔਰ ਕਹਿੰਦੇ ਵੀ ਮਾਝੇ ਦਾ ਮਜ਼ਾਰ ਪਹਿਲੀ ਕਬੱਡੀ ਪਾਉਣ ਲਈ ਮਹਿਲਾ ਵਾਲਾ ਤਿਆਰ ਹੈ ਜ਼ਿਲ੍ਹੇ ਤਰਨ ਤਾਰਨ ਸਾਹਿਬ ਦੀ ਧਰਤੀ ਗੁਰੂ ਕੀ ਨਗਰੀ ਦਾ ਮੇਰੇ ਵੀਰੋ ਪਹਿਲੀ ਕਬੱਡੀ 1.5 ਪੁਆਇੰਟ ਦੀ ਹੈ ਲੋ ਦੇਖਣਗੇ ਵੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਰੇਸ਼ਮ ਚੰਬੇ ਦਾ ਰੇਸ਼ਮ ਜਾਮਾ ਰਾਏ ਦੁਨੀਆ ਜਾਣਦੀ ਆ ਰੇਸ਼ਮ ਜਾਮਾ ਰਾਏ ਨੂੰ ਇਹ ਰੇਸ਼ਮ ਚੰਬੇ ਪਿੰਡ ਦਾ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਇਹ ਜੋ ਕਬੱਡੀ ਪਾਉਣ ਵਾਸਤੇ ਤਿਆਰ ਬੁਰ ਤਿਆਰ ਖੜਾ ਘੇਰੀ ਲਓ ਵੀਰ ਜੀ ਜੰਟੀ ਲਓ ਘੇਰੀ ਵੀਰ ਜੀ ਲਓ ਘੇਰੀ ਕਬੱਡੀ ਆਉਣ ਲੱਗੀ ਆ ਲਓ ਘੇਰੀ ਜਲਦੀ ਧੰਨਵਾਦ ਸਵੇਰ ਤੋਂ ਲੱਗ ਕੇ ਹੁਣ ਤੱਕ ਜਿੰਨੇ ਕਬੱਡੀ ਦੇ ਪ੍ਰੇਮੀ ਰੌਣਕ ਨੂੰ ਵਧਾਇਆ ਖੇਡ ਮੇਲੇ ਨੂੰ ਸਾਰਿਆਂ ਦਾ ਧੰਨਵਾਦ ਉਹਨੂੰ ਫਾਈਨਲ ਮੈਚ ਦੇ ਕੇ ਜਾਇਓ ਮੇਰੇ ਵੀਰੋ ਸੋਨੇ ਦੀਆਂ ਮੁੰਦੀਆਂ ਹੁਣ ਸੋਨੇ ਦੀਆਂ ਮੁੰਦੀਆਂ ਮੇਰੇ ਵੀਰੋ ਦਿੱਤੀਆਂ ਜਾਣੀਆਂ ਬੈਸਟ ਰੇਟਰ ਤੇ ਜਾਪੀ ਨੂੰ ਇਹ ਹੁਣ ਸਮਾਂ ਦੱਸੇਗਾ ਵੀ ਕੌਣ ਕੌਣ ਬੈਸਟ ਰੇਟਰ ਤੇ ਜਾਪੀ ਡਿਕਲੇਅਰ ਹੋਣਗੇ ਪੂਰੀ ਮਾਂਡ ਜਿਹੜੀ ਮੰਗੀ ਉਸਤਾਦ ਦੀ ਆ ਜਿਹਨੂੰ ਸਾਈ ਵੀ ਆਪਣਾ ਉਸਤਾਦ ਜੇ ਚਾਹੁੰਦੇ ਹੋ ਜਾਂ ਤਾਂ ਲਲਕਾਰਾ ਖੁੱਲ ਕੇ ਮਾਰੋ ਜੇ ਚਾਹੁੰਦੇ ਹੋ ਸਵਾਦ ਵਾਲਾ ਇੱਕ ਲਲਕਾਰਾ ਮਾਰ ਦੋ ਪੰਜਾਬੀਆਂ ਵਾਲਾ ਮੇਰੇ ਵੀਰੋ ਹੈਲੋ ਕਹਿੰਦੇ ਵੀ ਜਿੱਥੇ ਲਲਕਾਰੇ ਦਾ ਬੱਚਾ ਪਤਾ ਨਹੀਂ ਲੱਗਦਾ ਵੀ ਪੰਜਾਬੀ ਕੱਟੇ ਹੋਏਗਾ ਇਹ ਲਲਕਾਰਿਆਂ ਦੇ ਨਾਲ ਖੂਨ ਦਾ ਰਿਸ਼ਤਾ ਹੈ ਪੰਜਾਬੀਆਂ ਦਾ ਲਲਕਾਰਾ
ਜ਼ਰੂਰ ਮਰਾਵਾਂਗੇ ਜਦੋਂ ਜੱਪ ਸਿਰੇ ਦਾ ਉਦੋਂ ਲੱਗਾ ਰਹੇ ਸਾਡੇ ਨੀਟੂ ਤੰਗ ਜੀ ਹੁਣੀ ਵੀ ਬੈਠੇ ਤੱਕਦੇ ਨੇ ਕੁਲਵੰਤ ਸਿੰਘ ਦੀ ਕਾਲ ਤੋਂ ਫਤਿਹ ਸਾਂਝੀ ਕਰ ਰਹੇ ਨੇ ਇਕੱਠੇ ਖੇਡੇ ਨੇ ਉਹ ਦਿਨ ਯਾਦ ਨੇ ਲਓ ਆਪਾਂ ਆਪਣੇ ਦਾਸ ਪੰਡਤ ਵੀ ਪੁਆਇੰਟ ਠੀਕ ਆ ਮਨਦੀਪ ਆਖਦਾ ਵੀ ਪੁਆਇੰਟ ਆ ਲਓ ਪੰਡਤ ਆ ਗਿਆ ਇੰਗਲੈਂਡ ਦੀ ਧਰਤੀ ਤੇ ਕਹਿੰਦੇ ਵੀ 2015 ਵਿੱਚ ਤਗੜਾ ਖੇਡਿਆ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਚੌਧਰ ਅਰਸ਼ਾ ਮੇਰਾ ਪੰਜਾਬੀ ਵੀਰੋ ਆਓ ਸੁਣਿਆ ਲਓ ਦੇਖੋ ਉੱਧਰ ਆ ਬਲੂਗੜੇ ਵਾਂਗੂ ਚੱਕਲਾ ਮੇਰਾ ਪੰਜਾਬੀ ਵੀਰੋ ਦੇਖੋ ਇਧਰਲੀ ਸਾਈਡ ਆ ਇੱਕ ਲਲਕਾਰਾ ਮਾਰ ਕੇ ਦੱਸੋ ਮੇਰੇ ਵੀਰੋ ਜੀ ਚੱਪੇ ਦਾ ਸਵਾਲ ਹੈ 2013 ਦੇ ਇੰਗਲੈਂਡ ਦੇ ਸੀਜ਼ਨ ਦਾ ਸਭ ਤੋਂ ਉੱਤ ਪੰਜਾਬੀ ਅਰਚ ਚੋਲਾ ਸਾਹਿਬ ਧਰਤੀ ਦਾ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਕਰਨ ਵਾਲਾ ਮੇਰੇ ਵੀਰੋ ਅਰਸ਼ਾ ਉੱਧਰਲੀ ਸਾਈਡ ਆਉਂਦੇ ਆ ਰੇਸ਼ਮ ਪਾਸੇ ਸਵਾਦ ਜਿਹੜਾ ਕਬੱਡੀ ਦਾ ਪੂਰਾ ਮਹੀਨਾ ਮਾਰਿਆ ਕਿ ਤਾੜੀਆਂ ਬੜੀਆਂ ਸਲਾਬੀਆਂ ਵੱਜਦੀਆਂ ਜੇ ਚਾਹੇ ਮੈਚ ਸਿਰੇ ਦਾ ਹੋਵੇ ਕਿ ਤਾੜੀ ਮਾਰ ਜਾਏ ਗੱਡਵੀ ਮੇਰੇ ਵੀਰੋ ਮੈਂ ਵੀ ਬੱਬੂ ਸਿਆ ਲਾ ਜੱਫਾ ਉਹ ਛਰਲੀ ਖੀਰਾ ਮਾਰੀਆ ਲਾ ਜੱਫਾ ਲੈ ਵੀ ਲਾ ਜੱਫਾ ਛੁਰਲੀ ਵਾਹ ਛੁਰਲੀ ਖੀਰਾ ਵਾਹ ਦਾ ਮੇਰੇ ਪੰਜਾਬੀ ਵੀਰੋ ਕਹਿੰਦੇ ਵੀ ਹੱਥਾਂ ਦਾ ਬੜਾ ਚੀੜਾ ਹੈ ਨੌਜਵਾਨ ਦਾ ਲਓ ਥੋੜੀ ਸੌਣ ਕਰ ਦੋ ਪੋਲੀਅਮ ਖੋਲਦੇ ਮੇਰੇ ਵੀਰ ਪਤਾ ਲੱਗਿਆ ਦੋ ਚੋ ਪਿੰਡਾਂ ਵਿੱਚ ਮੇਹੜੂ ਪਾਈ ਦਾ ਮੈਚ ਚੱਲਦਾ ਪਤਾ ਲੱਗੇ ਪੈਂਦੀ ਹੋਈ ਤੇ ਕਹਿੰਦੇ ਵੀ ਸਾਡਾ ਨੀਲੂ ਵੀਰ ਤੱਕਦਾ ਅਮਰੀਕਾ ਦੇ ਵਿੱਚ ਬੈਠਾ ਹੈ ਕਬੱਡੀ 365.com ਦੇ ਜ਼ਰੀਏ ਤੱਕਦਾ ਲੈ ਵੀ ਟੈਂਕੂ ਸਿਆ ਤੇਰੇ ਵੀਰ ਟਰਾਲੇ ਜਿੱਤਣ ਵਾਲਾ ਖਿਡਾਰੀ ਕਬੱਡੀ ਪਾ ਕੇ ਪੁਆਇੰਟ ਜੋੜ ਚੁੱਕਿਆ ਆਪਣੀ ਟੀਮ ਦੇ ਵਾਸਤੇ ਕਿਤੇ ਮਿਲਦੀ ਸਪਾਰੀ ਤੇ ਮਾਲਾਮਾਲ ਹੋ ਗਏ ਕਬੱਡੀ ਦੇ ਖਿਡਾਰੀ ਮਾਲਾਮਾਲ ਹੋ ਗਏ ਨੇ ਕਬੱਡੀ ਦੇ ਖਿਡਾਰੀ ਇੱਧਰ ਮੱਤੇ ਸ਼ਿਕਾਰ ਮਾਛੀਆਂ ਵਾਲੇ ਦੀ ਕਬੱਡੀ ਮੇਰੇ ਵੀਰਿਓ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਇਹ ਹੈ ਮੱਤਾ ਬਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਮਜਾਲੇ ਵਾਲੇ ਪੁੱਜੇ ਧੰਨਵਾਦ ਬੱਲੀ ਜਿੰਨੀਆਂ ਕਬੱਡੀਆਂ ਲੈ ਕੇ ਉਹ ਸੁਖਵਿੰਦਰ ਸਿੰਘ ਸਰਪੰਚ ਵੱਲੋਂ ਉਹਨੇ ਹੀ ਕਹਿੰਦੇ ਵੀ 100 ਰੁਪਏ ਆਉਣਗੇ ਇਹ ਸੁਖਵਿੰਦਰ ਸਿੰਘ ਸਰਪੰਚ ਦੱਸਦੇ ਆ ਲਓ ਪੁਆਇੰਟ ਆ ਮੂਲਵਾਲ ਖੇੜਿਆਂ ਦੀ ਟੀਮ ਨੂੰ ਦੇਵਾ ਉੱਤਰਿਆ ਮੱਤਾ ਸ਼ਿਕਾਰ ਮਾਛੀਆਂ ਦਾ ਕਬੱਡੀ ਕੇ ਸਪੀਕਰ ਤੇ ਨਾਮ ਬੋਲਦਾ ਤਕੜੇ ਮੱਲਾਂ ਦਾ ਦੌੜ ਦੌੜ ਕੇ ਰੇਡਾ ਪਾਉਂਦਾ ਮੰਨਾ ਬੱਲਾਂ ਦਾ ਲਓ ਮੰਨਾ ਬੱਲ ਬਾਬੇ ਸੂਬਾ ਸਗਲਾ ਪੋਤਰਾ ਮੇਰੇ ਪੰਜਾਬੀ ਵੀਰੋ ਪੁਆਇੰਟ ਆ ਇਹ ਪੁਆਇੰਟ ਠੀਕ ਹੈ ਕਿਉਂਕਿ ਰਿਵਰਸ ਟੈਂਡਰ ਚਾਪੀ ਲਿਖਦਾ ਨਾ ਜ਼ਰੂਰ ਦੱਸਾਂਗੇ ਮੰਨਾ ਪੁਆਇੰਟ ਲੈ ਕੇ ਗਿਆ ਜੀ ਇੱਧਰ ਕਹਿੰਦੇ ਵੀ ਪਣਤ ਰੌੜੀਆਂ ਵਾਲੇ ਦੀ ਕਬੱਡੀ ਤੇ ਅਰਸ਼ਦੀਪ ਚੋਲਾ ਸਾਹਿਬ ਵਾਲਾ ਡੱਕ ਪਾਉਂਦੇ ਨੇ ਲਓ ਵਾਓ ਨੰਬਰ ਲੈਣ ਦੀ ਜੀ ਖਰਾ ਉਹ ਜਾਪੀ ਜਿਹਨੂੰ ਤਕਨੀਕ ਹੈ ਉਂਗਲੀ ਫੜ ਕੇ ਲੱਤੇ ਪੈਣ ਦੀ ਜੀ ਸਾਹਮਣੇ ਰੇਸ਼ਮ ਚੰਬੇ ਵਾਲੇ ਦੀ ਕਬੱਡੀ ਏ ਫਿਰ ਕੌਣ ਡੱਕੇਗਾ ਚਾਰ ਕਿੰਨੇ ਵੀ ਸਿਰੇ ਦੇ ਜਾਪੀ ਨੇ ਪੰਜਵੇਂ ਧਾਵੀ ਏ ਛੇਵੇਂ ਸਾਡੇ ਅੰਪਾਇਰ ਨੇ ਪਰ ਨੰਬਰ ਜਿਹੜਾ ਧਾਵੀ ਦੇ ਲਈ ਨੰਬਰ ਜਿਹੜਾ ਮਹਿੜੂ ਦੀ ਟੀਮ ਦੇ ਲਈ ਵਾਹ ਜਿੱਥੇ ਜਿੱਥੇ ਖੜੇ ਹੋ ਉੱਥੇ ਖੜੇ ਰਹੋ ਕਿਉਂਕਿ ਸਵਾਦ ਆ ਪਿਆ ਐਨ ਦੁਨੀਆ ਪ੍ਰਧਾਨ ਸਾਹਿਬ ਦੇਖੋ ਕਿਵੇਂ ਟਿੱਗੀ ਵਾਹ ਜੀ ਵਾਹ ਜਦੋਂ ਕਹਿੰਦੇ ਵੀ ਮਾਸਟਰ ਕਲਾਸ ਵਿੱਚ ਨਾ ਹੋਵੇ ਨਾ ਬੱਚੇ ਵੀ ਰੌਲਾ ਪਾਉਂਦੇ ਆ ਜਦੋਂ ਮਾਸਟਰ ਕਲਾਸ ਵਿੱਚ ਹੋਵੇ ਤਾਂ ਕਹਿੰਦੇ ਵੀ ਬੱਚੇ ਜੋ ਸੁਸਰੀ ਵਾਂਗੂ ਸੌ ਜਾਂਦੇ ਆ ਲਓ ਐਨ ਕਹਿੰਦੇ ਦੁਨੀਆ ਟਿੱਗੀ ਪਈ ਆ ਇਹ ਸੇਠੀ ਉਹ ਸੁਣਿਆ ਬੜੀ ਸਪੀਡ ਆ ਮੁੰਡੇ ਦੀ ਸਪੀਡ ਫੜ ਲਏ ਮੁੰਡੇ ਨੇ ਮੇਰੀਆਂ ਤੇ ਯਾਰ ਮੇਰੀਆਂ ਗੱਲਾਂ ਹੁੰਦੀਆਂ ਕਬੱਡੀ ਵਿੱਚ ਹੁਣ ਤੇਰੀਆਂ ਗੱਲਾਂ ਹੁੰਦੀਆਂ ਕਬੱਡੀ ਵਿੱਚ ਹੁਣ ਤੇਰੀਆਂ ਇਹ ਗੱਲਾਂ ਹੁੰਦੀਆਂ ਬਲਜੀਤ ਬੱਲੀ ਮਹਿੜੂ ਵਾਲਿਆਂ ਦੀਆਂ USA ਦੀ ਧਰਤੀ ਤੇ ਗੱਲਾਂ ਹੁੰਦੀਆਂ ਲਓ ਛੜਾ ਥੋੜਾ ਸੰਭਲ ਕੇ ਲਓ ਦੇਖੇ ਮੈਦਾਨ ਦੇ ਵਿੱਚ ਲਓ ਪੁਆਇੰਟ ਆ ਬੱਲੀ ਨੇ ਚੋੜ ਲਿਆ ਆ ਜਾਓ ਮੱਤਿਆ ਪੱਪਾ ਗੁਰਦਾਸਪੁਰੀਆ ਸ਼ੁਭਾ ਸਰਦਾਸ ਲਓ ਛੱਬੇ ਦੀ ਖੇਡ ਦਾ ਵਾ ਇਸ ਵੇਲੇ ਬੱਲੀ ਮਹਿੜੂ ਵਾਲੇ ਦੀ ਹਰ ਰੇਡ ਤੇ ਹਰ ਨੰਬਰ
ਆਈਲੈਂਡ ਵਾਲੇ ਸਾਰੇ ਵੀਰ ਮੰਗਲ ਸਿੰਘ ਜੀ 100 ਰੁਪਇਆ ਹਰ ਰੇਟ ਤੇ ਸੁਖਵਿੰਦਰ ਸਿੰਘ ਸਰਪੰਚ 600 ਹੋ ਗਿਆ ਜੀ 600 ਵਾਹ ਵਾਹ ਉਹ ਸ਼ੁਰਲੀ ਟੈਂਕੂ ਜੀ ਮੈਚ ਦਾ ਸਵਾਲ ਟੈਂਕੂ ਵੀਰ ਵੱਲੋਂ 511 100 ਜੇ ਮੈਚ ਦਾ ਸਵਾਦ ਆ ਰਹੇ ਇਮਾਨਦਾਰੀ ਨਾਲ ਤਾੜੀ ਦੇ ਵਾਰ ਦੋ ਮੇਰੇ ਵੀਰੋ ਜ਼ੋਰਦਾਰ ਮੁੰਡਿਆਂ ਦੀ ਧੰਨਵਾਦ ਆ ਇਹ ਹੈ ਮੰਨਾ ਪਲ ਨੌ ਧਰਤੀ ਬੱਲਾ ਲਾਗੇ ਗਿੱਲਾ ਲਾਗੇ ਖਾਨ ਸਾਹਮਣੇ ਗੁਰਦਾਸਪੁਰ ਦਾ ਮੱਲ ਆ ਮੇਰੇ ਵੀਰੋ ਪਰ ਪੁਆਇੰਟ ਇਧਰ ਮੰਦੀ ਨੇ ਜੋੜ ਲਿਆ ਬਣਪਤੀ ਕਬੱਡੀ ਤੇਜ਼ ਖਿਡਾਰੀ ਕਬੱਡੀ ਪਾ ਰਿਹਾ ਖੇਡਦਾ ਤੇ ਅਰਸ਼ ਚੋਲਾ ਸਾਹਿਬ ਦਾ ਲਓ ਇਧਰ ਵੀ ਸਾਇਦ ਵਾਓ ਪੰਡਤਾ ਤਾੜੀ ਜ਼ਰੂਰ ਮਾਰੋ ਅੱਜ ਦਾ ਫਾਈਨਲ ਮੈਚ ਤਾੜੀ ਮਾਰ ਦੋ ਸਾਹਮਣੇ ਰੇਸ਼ਮ ਦੀ ਕਬੱਡੀ ਮੇਰੇ ਵੀਰੋ ਚੱਪਾ ਚੱਪਾ ਚਰਖਾ ਹੁਣ ਚੱਲੂਗਾ ਚਾਰ ਜਾਫੀ ਨੇ ਉੱਡੀ ਹੋਈ ਮਾਂ ਮਿੱਟੀ ਦੀ ਧੂੜ ਦਰਸ਼ਕ ਵੀਰ ਤਾੜੀਆਂ ਵਜਾਉਣਗੇ ਫਾਈਨਲ ਮੈਚ ਸੋਨੇ ਦੀਆਂ ਮੁੰਡੀਆਂ 92,000 ਦਾ ਮੈਚ ਮੇਰੇ ਵੀਰੋ ਆਓ ਸਾਹਮਣੇ ਕਬੱਡੀ ਰੇਸ਼ਮ ਚੰਬੇ ਸਾਹਮਣੇ ਵਾਲੇ ਕਬੱਡੀ ਪਾ ਰਿਹਾ ਵਾਟੀ ਦਾ ਏਰੀਆ ਜਿਲ੍ਹੇ ਤਰਨ ਤਾਰਨ ਸਾਹਿਬ ਦਾ ਸੁਖਦੇਵ ਸਿੰਘ ਜੀ ਮਰਿਆਲੇ ਵਾਲੇ ਆਖਦੇ ਵੀ ਕਿ ਰੇਸ਼ਮ ਦਾ ਪੁਆਇੰਟ ਇੱਕ ਲਲਕਾਰਾ ਮਾਰ ਦੋ ਮੇਰੇ ਪੰਜਾਬੀ ਵੀਰੋ ਇੱਕ ਤਾੜੀ ਮਾਰ ਦੇਣਾ ਖਿਡਾਰੀਆਂ ਦੇ ਲਈ ਵਾਹ ਉਹ ਤਾੜੀ ਮਾਰਦਾ ਕਰੋ ਕੋਈ ਮੁੱਲ ਨਹੀਂ ਲੱਗਦਾ ਕਿਹੜਾ ਬਿੱਲ ਆਉਂਦਾ ਤਾੜੀ ਮਾਰਦਾ ਕੋਈ ਮੁੱਲ ਨਹੀਂ ਲੱਗਦਾ ਜਦੋਂ ਜੱਫਾ ਲੱਗਦਾ ਤਾੜੀ ਜ਼ਰੂਰ ਮਾਰਦਾ ਕਰੋ ਇੱਧਰ ਕਹਿੰਦੇ ਵੀ ਸੇਠੀ ਧਰ ਪੱਲੇ ਵਾਲੇ ਦੀ ਕਬੱਡੀ ਖੇਡ ਮੈਦਾਨ ਵਿੱਚ ਪੈਂਦੀ ਹੋਈ ਤੇ ਸਾਹਮਣੇ ਕੌਣ ਚੁਰਲੀ ਸੋਹਣਿਆ ਮੰਦੀ ਸਾਹਿਬ ਵੱਖਰਾ ਚੁੱਕ ਚੁੱਕ ਜਵਾਨੀਆਂ ਮਾਣੋ ਸੋਹਣਿਆ ਕਬੱਡੀ ਮੇਰੇ ਵੀਰੋ ਇਹ ਹੈ ਪੱਲੀ ਮਹੇੜੂ ਵਾਲੇ ਦੀ ਕਬੱਡੀ 500 ਮੰਗਲ ਸਿੰਘ ਜੀ ਆਈਲੈਂਡ ਵਾਲੇ ਲਾਓ ਜੱਫਾ ਜੁੜ ਗਿਆ ਮਹੇੜੂ ਵਾਲੇ ਪੱਲੀ ਲਈ 1100 ਮੇਰੇ ਵੀਰੋ ਮੰਗੀ ਪੂਰੀ ਕਮਾਲ ਮਹੇੜੂ ਦੀ ਟੀਮ ਨੂੰ ਦਾਦਾ ਪਿਆਰ ਪੰਡਤ ਪੰਡਤ ਦਾ ਮੁੰਡਾ ਕਹਿੰਦੇ ਵੀ ਪੋਕਰ ਫੜਦਾ ਖੇਡ ਮੈਦਾਨ ਦੇ ਵਿੱਚ ਹਜੇ ਤੇ ਮੰਗਲ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੋ ਸਕਦਾ ਨੰਬਰ ਧਾਵੀ ਬੋਲੇ ਪੰਡਤ ਹਮ ਪੰਡਤ ਕੇ ਆਦਮੀ ਹੈ ਹਮ ਪੰਡਤ ਕੇ ਆਦਮੀ ਹੈ ਪੰਡਤ ਦਾਸ ਪੰਡਤ ਨਾਮ ਵੀ ਬੜਾ ਲੰਮਾ ਮੁੰਡੇ ਦਾ ਪੰਡਤ ਰਾਮ ਦਾਸ ਪੰਡਤ ਮਾਣ ਵਾਲੀ ਜੰਮਿਆ ਪੰਜਾਬ ਵਿੱਚ ਸੋਹਣੇ ਦੀ ਚਿੜੀ ਦਾ ਨਾਮ ਮਿਲਿਆ ਸਾਹਮਣੇ ਰੇਸ਼ਮ ਦੀ ਕਬੱਡੀ ਮੇਰੇ ਵੀਰੋ ਤੇ ਦੂਜੇ ਪਾਸੇ ਨਾਨਕ ਮੁੰਡੀ ਸ਼ਹਿਰੀਆਂ ਵਾਲਾ ਖੇਡ ਦਾ ਚ ਰੱਖਣ ਦਾ ਯਤਨ ਕਰਦਾ ਪਰ ਨੰਬਰ ਜਿਹੜਾ ਭਾਵੀ ਦੇ ਲਈ ਸਵਾਦ ਆ ਰਿਹਾ ਇੱਕ ਤਾੜੀ ਮਾਰ ਦੋ ਮੁੰਡਿਆਂ ਲਈ ਕਹਿ ਕਦਮੀ ਜੀ ਮੇਰੇ ਵੀਰੋ ਵਾਹ ਧੰਨਵਾਦ ਹੈ ਇੱਧਰ ਕਹਿੰਦੇ ਵੀ ਮੱਥੇ ਦੀ ਕਬੱਡੀ ਸ਼ਿਕਾਰ ਮੱਛੀਆਂ ਵਾਲਾ ਰਾਜਨ ਆ ਗਿਆ ਮੁੰਡਾ ਕਬੱਡੀ ਪਾਉਣ ਦੇ ਵਾਸਤੇ ਹੁਣ ਕੌਣ ਲੱਗੇਗਾ ਸਾਹਮਣੇ ਸਿਰੇ ਦੇ ਖਿਡਾਰੀ ਨੇ ਮਰੇ ਦੀ ਸਿਰੇ ਦੀ ਯਾ ਫੇ ਮੇਰੇ ਵੀਰੋ ਉਹ ਫਾਈਨਲ ਮੈਚ ਦੇ ਬੱਲੀ ਮਹੇੜੂ ਵਾਲੇ ਦੀ 2200
भाई सौ रुपया करना भाई सौ सामने कच चुक लो भी जी लैट मार के कच चुक लो क्यों क्यों किसी खिलाड़ी के गोडे ते जा किसी कूनी विच ना लग जाए भी जी अर्श दे इसे पॉइंट गुड़ गया इक्की पॉइंट शरीर सवाल आ रहा है तारी बार लो जो स्वाद है मैच का लो वेस्ट ट्रेडर जाती उन्हें दसा कि वेस्ट ट्रेडर जाती डिक्लेयर हुए ये आप दसा धन्यवाद जिन्हों भी वीर पुजे अज का खेल मेरा सफल हो गया कहते भी सिखर हो गया मेरे कबड्डी कप से मेरे पंजाबी भीरो बहुत बहुत धन्यवाद सारे वीर का बहुत बहुत धन्यवाद धन्यवाद सारे वीर का जिन्ने वीर बड़े नेड़ा हो गया तम ही बैठे रहे धन्यवाद सारे वीर का बल्ली महेड़ू ते रेशम चंबा एक ज्वाइंट रेडर डिक्लेयर होया ते अर्श चोला साहब का बेस्ट यापी मेरे वीर ताड़ी मार दो अर्श बेस्ट यापी ते बल्ली ते रेशम चंबे ने मुंडी जीती है ते अर्श चोले ने मुंडी जीती है मेरे पंजाबी वीरों रेशम ते बल्ली